الرحمن الرحیم بسم اللہ الرحمن الرحیم السلام علیکم کیا حال چال ہے آج جی عید کا تیسرا دن ہے اور ہمارا تو بہت ہی اچھا گزر رہا مہمانوں کی عام رست لگی ہوئی ہے کوئی آ رہا کوئی جا رہا سارا دن چولہے دے لاگے بیٹھے گزارا میرا تو ہو گیا میں تو کتنے باہر سیال کرنے نہیں جا رہی بہت زیادہ مہمان آ رہے ہیں کہ آج میں کسٹرڈ بنا رہی ہوں مہمانوں واسطے ایک لیٹر دودھ لیا تھوڑا جا دودھ کٹ گیا کسٹرڈ پہلے بھی پا لیا مینو اچھی طرح میرا ہاتھ مینگو کا لیا مینا اچھی طرح مکس کر لیا چیلی میں چھپان لگی جنہ کو تمہیں میٹھا پسند ہے نا اس مطابق ذرا سان میٹھا ہوں تو ذرا میٹھا تیز میں بھوکھا لیا اس لیے میں تیز تھوڑی جی چیلی رکھی ہے کیونکہ تمہیں گھٹ پسند ہے تو گھٹ پا سکتے جی زیادہ پسند کرتے تو زیادہ پا سکتے اچھی طرح ذرا مکس کر لیں اچھی طرح مکس کر لینا جب بن گیا تو پھر گھنٹے دو گھنٹے واسطے فریج چ رکھ لیں گے ਜਦੋਂ ਜੰਮ ਜਾਏਗਾ ਉਦੋਂ ਮਹਿਮਾਨਾਂ ਨੂੰ ਖਵਾ ਦੇਵਾਂਗੇ ਹੁਣ ਜਿਹੜੇ ਸੁਬਹਾ ਦੇ ਮਹਿਮਾਨ ਨੇ ਉਹ ਤਾਂ 6 ਵਜੇ ਚਲੇ ਗਏ ਨੇ ਹੁਣ ਸ਼ਾਮ ਦੇ ਜਿਹੜੇ ਆਉਣ ਵਾਲੇ ਨੇ ਨਾ ਉਹਨਾਂ ਵਾਸਤੇ ਤਿਆਰ ਕਰਨਾ ਹੈ ਉਹਨਾਂ ਤੋਂ ਬਿਰਿਆਨੀ ਖਵਾਈ ਹੈ ਕੋਰਮਾ ਬਣਾਇਆ ਸੀ ਨਾਲ ਨਾਨ ਲਿਆਂਦੇ ਸੀ ਕੁਲਫਾ ਬਾਹਰੋਂ ਮੰਗਵਾਇਆ ਸੀ ਬੋਦਲਾ ਰਹਿਮਤ ਹੁੰਦੀ ਮਹਿਮਾਨਾਂ ਦੀ ਤਿਆਰਾ ਸਾਡੇ ਘਰ ਮਾਸ਼ਾਅੱਲਾ ਬਹੁਤ ਹੀ ਆ ਰਹੇ ਨੇ ਅਸਲ ਥੋੜ੍ਹਾ ਜਿਹਾ ਪਿਸਤਾ ਮਿਕਸ ਕਰ ਰਹੀ ਹਾਂ ਥੋੜ੍ਹਾ ਵਿੱਚ ਪਾ ਲਾ ਬਾਅਦ ਚੋਂ ਥੋੜ੍ਹਾ ਜਿਹਾ ਉੱਤੇ ਵੀ ਪਾ ਲੈ ਵਿੱਚ ਪਾ ਲਾ ਤਿਆਰ ਹੋ ਗਿਆ ਹੁਣ ਮੈਂ ਫਰਿੱਜ ਵਿੱਚ ਰੱਖਣ ਲੱਗੇ ਹਾਂ ਘੰਟੇ ਦੋ ਘੰਟੇ ਵਾਸਤੇ ਨਾ ਬਸ ਜੰਮ ਜਾਏਗਾ ਐਵੇਂ ਤਿਆਰ ਹੋ ਗਿਆ ਵੇ ਕਿ ਅੱਛੀ ਤਰ੍ਹਾਂ ਚਮਚਾ ਮਿਕਸ ਕਰੀ ਜਾਣਾ ਵੇ ਹਿਲਾਈ ਜਾਣਾ ਵੇ ਬਿਲਕੁਲ ਜਦੋਂ ਸਖਤ ਹੋਵੇ ਨਾ ਸਹੀ ਤਿਆਰ ਹੋ ਜਾਏਗਾ ਬਸ ਹੋ ਗਿਆ ਤਿਆਰ ਮੈਂ ਚੁੱਲ੍ਹਾ ਬੰਦ ਕਰ ਦਿੱਤਾ ਹੁਣ ਮੈਂ ਇੱਕ ਬੋਲ ਦੇ ਵਿੱਚ ਕੱਢਣ ਦੇ ਠੀਕ ਕੱਢ ਕੇ ਮੈਂ ਫਰਿੱਜ ਦੇ ਵਿੱਚ ਠੰਡਾ ਕਰਨ ਵਾਸਤੇ ਰੱਖ ਦਿਆਂਗੇ ਉੱਤੇ ਪਿਸਤਾ ਅੱਛੀ ਤਰ੍ਹਾਂ ਗਾਰਨਿਸ਼ ਕਰ ਲਾਂਗੇ ਪਿਸਤੇ ਨਾਲ ਬਹੁਤ ਹੀ ਮਜ਼ੇਦਾਰ ਬਣਦਾ ਕਸਟਰਡ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗਦੀ ਹੈ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਮੇਰੀ ਵੀਡੀਓ ਦੇਖਿਆ ਕਰੋ ਅਤੇ ਲਾਈਕ ਜ਼ਰੂਰ ਕਰਿਆ ਕਰੋ ਦੇਖੋ ਤਿਆਰ ਹੋ ਗਿਆ ਮੇਰਾ ਜੰਮ ਗਿਆ ਫਰਿੱਜ ਦੇ ਵਿੱਚ ਰੱਖਿਆ ਜੰਮ ਗਿਆ ਅੱਛਾ ਜੀ ਅੱਲਾ ਹਾਫਿਜ਼।